ਜਾਂ ਕੋਈ ਹੋਰ ਸਿੰਪਟਮਸ ਆਉਂਦੇ ਆ ਫਿਰ ਉਹਨੂੰ ਅਸੀਂ ਹੌਸਪੀਟਲ ਭੇਜ ਰਹੇ ਹਾਂ। ਅੱਗੇ ਨਾਲੋਂ ਕਿੰਨਾ ਕੁ ਆਸਥਾ ਦੇ ਫਰਕ ਪਿਆ ਵਾ ਗੋਲਡਨ ਟੈਂਪਲ ਦੇ? ਆਸਥਾ ਦਾ ਦੇਖੋ ਜੀ, ਉੱਦਾਂ ਸੰਗਤ ਦੇ ਵਿੱਚ ਪੂਰੀ ਸ਼ਰਧਾ ਹੈਗੀ ਆ, ਬਟ ਥੋੜ੍ਹੇ ਸਰਕਾਰ ਵੱਲੋਂ ਵੀ ਉਹਦੇ ਕਰਕੇ ਸੰਗਤ ਥੋੜ੍ਹੀ ਘੱਟ ਆ ਰਹੀ ਆ ਅੱਜ, ਸ਼ਰਧਾ ਪੂਰੀ ਆ ਸੰਗਤ ਦੇ ਵਿੱਚ ਵੈਸੇ ਤਾਂ। ਹੁਣ ਤੱਕ ਦਰਬਾਰ ਸਾਹਿਬ ਜਿੰਨੀ ਵੀ ਸੰਗਤ ਆਈ ਆ ਕੋਈ ਪੋਜ਼ਿਟਿਵ ਪੇਸ਼ੈਂਟ ਨਹੀਂ ਪਾਇਆ ਗਿਆ? ਨਹੀਂ ਜੀ, ਹਾਲੇ ਤੱਕ ਕੋਈ ਪੋਜ਼ਿਟਿਵ ਪੇਸ਼ੈਂਟ ਨਹੀਂ ਪਾਇਆ ਗਿਆ। ਹਾਂਜੀ ਭਾਅ ਜੀ, ਕੀ ਨਾਮ ਹੈ ਆਪਣਾ, ਕਿਹੜੀ ਜਗ੍ਹਾ ਤੋਂ ਆਏ ਆਪਣੇ? ਜਿਤੇਂਦਰ ਵਰਮਾ, ਉੱਤਰ ਪ੍ਰਦੇਸ਼, ਲਖਨਊ। ਕਿਸ ਦਿਨ ਦੇ ਆਏ ਜੀ? ਕੋਰੋਨਾ ਵਾਇਰਸ ਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੇ ਬਾਰੇ ਕਰਨ ਲਈ ਆਏ ਜੀ, ਤੁਹਾਨੂੰ ਕੋਈ ਮੁਸ਼ਕਲ ਪਰੇਸ਼ਾਨੀ ਤਾਂ ਨਹੀਂ? ਨਹੀਂ, ਯਹਾਂ ਪਰ ਵਿਵਸਥਾ ਸਭ ਹੈ, ਬਚਾਓ ਕਿ ਉਸਕੀ ਜੋ ਵਿਵਸਥਾ ਹੋਣੀ ਚਾਹੀਏ ਉਹ ਵਿਵਸਥਾ ਯਹਾਂ ਪਰ ਹੈ ਸਾਰੀ, ਇਸ ਲਈ ਅਭੀ ਚੱਲ ਰਹਾ ਹੈ ਯਹਾਂ ਨਹੀਂ, ਇਸਕੋ ਮੰਦਿਰ ਕੋ ਇਸਲਈ ਨਹੀਂ ਬੰਦ ਕੀਆ ਗਿਆ ਕਿਉਂਕਿ ਯਹਾਂ ਜੋ ਉਸਕੇ ਰੋਕਥਾਮ ਕੇ ਲੀਏ ਜੋ ਜ਼ਰੂਰਤ ਹੈ, ਜੋ ਆਵਸ਼ਕਤਾ ਹੈ, ਜੋ ਸਭ ਵਿਵਸਥਾਏ ਯਹਾਂ ਹੈ, ਸਾਫ਼ ਸਫਾਈ ਔਰ ਸਾਵਧਾਨੀਆਂ। ਕਿਹੜੀ ਜਗ੍ਹਾ ਤੋਂ ਆਏ ਆਪਾਂ? ਇੱਥੇ ਹੀ ਚੌਂਕ ਕਰੋੜੀ ਤੋਂ, ਅੰਮ੍ਰਿਤਸਰ ਹੀ। ਹਾਂਜੀ, ਡੇਲੀ ਆਉਂਦੇ, ਪਹਿਲਾਂ ਆਉਂਦੇ ਸੀਗੇ ਅਤੇ ਹੁਣ ਥੋੜ੍ਹਾ ਘੱਟ ਗਏ ਕੰਮ ਦੇ ਕਰਕੇ। ਹੁਣ ਜਿਸ ਤਰ੍ਹਾਂ ਕਰੋਨਾ ਵਾਇਰਸ ਚੱਲ ਰਿਹਾ ਵਾ, ਕਰੋਨਾ ਵਾਇਰਸ ਤਾਂ ਆਸਥਾ 'ਤੇ ਕੋਈ ਫਰਕ ਤਾਂ ਨਹੀਂ ਪਿਆ? ਹਾਂਜੀ, ਆਸਥਾ 'ਤੇ ਪਿਆ, ਕਾਫੀ ਪਿਆ ਵਾ, ਲੋਕ ਕਾਫੀ ਡਰ ਚੁੱਕੇ ਨੇ ਇਹਦੇ ਨਾਲ ਕਿਉਂਕਿ ਉਹਨਾਂ ਨੂੰ ਲੱਗਦਾ ਵਾ ਕਿ ਸਾਨੂੰ ਵੀ ਇਨਫੈਕਸ਼ਨ ਇੱਕ ਦੂਸਰੇ ਤੋਂ ਫੈਲ ਜਾਏ, ਅਤੇ ਇਸ ਕਰਕੇ ਉਹ ਚਾਹੁੰਦੇ ਆ ਕਿ ਦੂਰੀ ਬਣਾ ਕੇ ਰੱਖੀਏ ਜ਼ਿਆਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇਟੀ ਵੱਲੋਂ ਕੀ ਉਪਰਾਲਾ ਕੀਤਾ ਗਿਆ ਕਰੋਨਾ ਵਾਸਤੇ? ਉਹਨਾਂ ਵੱਲੋਂ ਸੈਨੇਟਾਈਜ਼ਰ ਵਗੈਰਾ, ਬੁਖਾਰ ਚੈੱਕ ਕਰਵਾਉਂਦੇ ਆ ਪਹਿਲੇ, ਫਿਰ ਅੰਦਰ ਐਂਟਰੀ ਦਿੰਦੇ ਆ। ਮਾਸਕ ਵਗੈਰਾ ਮਾਸਕ? ਹਾਂਜੀ, ਉਹ ਕਹਿੰਦੇ ਅੰਦਰ ਮਾਸਕ ਅਲਾਊਡ ਨਹੀਂ ਗਾ, ਬਾਹਰ ਤੁਸੀਂ ਪਹਿਨ ਸਕਦੇ ਹੋ। ਤੁਹਾਨੂੰ ਬਾਹਰ ਲਈ ਮਾਸਕ ਪ੍ਰੋਵਾਈਡ ਕੀਤਾ ਵਾ? ਨਹੀਂ ਨਹੀਂ ਕੀਤਾ ਉਹਨਾਂ ਨੇ। ਮੈਂ ਪਲਵਿੰਦਰ ਸਿੰਘ ਸੁਲਤਾਨਵਿੰਡ ਰੋਡ ਤੋਂ ਹਾਂ। ਹਾਂਜੀ, ਅਤੇ ਬੜੀ ਮਹਾਰਾਜ ਦੇ ਗੁਰੂ ਰਾਮਦਾਸ ਜੀ ਦੀ ਨਗਰੀ ਆ, ਬੜੀ ਕਿਰਪਾ ਮਹਾਰਾਜ ਦੀ। ਹਰ ਰੋਜ਼ ਆਉਂਦੇ ਜੇ ਦਰਸ਼ਨ ਦੀ ਤਾਰੀਖ ਨਾਲ? ਨਹੀਂ, ਕਦੀ 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 ਆਏ ਦਾ ਵੀਰ। ਹੁਣ ਕਰੋਨਾ ਵਾਇਰਸ ਚੱਲ ਰਿਹਾ ਵਾ, ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਦਰਬਾਰ ਸਾਹਿਬ ਦੀ ਆਸਥਾ 'ਤੇ ਕਿੰਨਾ ਕੁ ਫਰਕ ਪਿਆ ਵਾ? ਨਹੀਂ ਜੀ, ਇੱਥੇ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਜੀ, ਇੱਥੇ ਕਰੋਨਾ ਵਾਇਰਸ ਵੇਖਣ ਦੇ ਵਿੱਚ ਨਹੀਂ ਮਿਲਣ ਰਿਹਾ ਹੈਗਾ ਕੁਛ ਵੀ। ਤੁਸੀਂ ਅੰਦਰ ਦਰਸ਼ਨ ਕਰਕੇ ਆਏ ਜੇ, ਅੱਗੇ ਨਾਲੋਂ ਕਿੰਨਾ ਕੁ ਫਰਕ ਪਿਆ ਸੰਗਤ 'ਤੇ? ਕਿੰਨੀ ਕੁ ਸੰਗਤ ਅੱਗੇ ਹੁੰਦੀ ਜੀ, ਉਹ ਤੋਂ ਕਿੰਨੀ ਕੁ ਫਰਕ ਪਿਆ? ਸੰਗਤ ਥੋੜ੍ਹੀ ਜਿਹੀ ਘਟੀ ਹੈ ਅੱਗੇ ਨਾਲੋਂ, ਪਰ ਇੰਨਾ ਨਹੀਂ, ਜ਼ਿਆਦਾ ਫਰਕ ਨਹੀਂ ਪਿਆ, ਬਹੁਤ ਵਧੀਆ ਆ ਰਹੀ ਹੈ ਸੰਗਤ, ਦੂਰੋਂ ਦੂਰੋਂ ਆ ਰਹੀ ਹੈ ਜੀ। ਕਮਲਜੀਤ ਕੌਰ, ਕਿਹੜੀ ਜਗ੍ਹਾ ਤੋਂ? ਅਸੀਂ ਇੱਥੇ ਅੰਮ੍ਰਿਤਸਰ ਤੋਂ ਹੀ ਲੋਕਲ ਹਾਂ ਜੀ। ਡੇਲੀ ਆਉਂਦੇ ਜੇ? ਹਾਂਜੀ, ਡੇਲੀ ਡੇਲੀ ਆਉਂਦੇ ਆਪਾਂ। ਅਤੇ ਹੁਣ ਜੋ ਕਰੋਨਾ ਵਾਇਰਸ ਦਾ ਚੱਲਿਆ ਪਿਆ ਵਾ, ਹਾਂਜੀ, ਇਹਦੇ ਵਾਸਤੇ ਕੀ ਕਿੰਨਾ ਕੁ ਫਰਕ ਪਿਆ ਆਸਥਾ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਦਰਸ਼ਨ? ਬਹੁਤ ਜ਼ਿਆਦਾ, ਕਿਉਂਕਿ ਅੱਗੇ ਇੰਨੀ ਜ਼ਿਆਦਾ ਸੰਗਤ ਸੀ, ਇੰਨਾ ਜ਼ਿਆਦਾ ਰਸ਼ ਸੀ, ਮਤਲਬ ਲੰਗਰ ਘਰ ਇੰਨਾ ਆਟਾ ਪੱਕਦਾ ਹੁੰਦਾ ਸੀ, ਅਸੀਂ ਰੋਜ਼ ਲੰਗਰ ਘਰ ਸੇਵਾ ਕਰਦੇ ਹਾਂ। ਹੁਣ ਅੱਜ ਤਾਂ ਬਹੁਤ ਘੱਟ ਸੀ, ਬਹੁਤ ਜ਼ਿਆਦਾ। ਅਤੇ ਹੁਣ ਜਿਸ ਤਰ੍ਹਾਂ ਵੀ ਕੱਲ੍ਹ ਕਹਿੰਦੇ ਕਿ ਕਰਫਿਊ ਲੱਗਣਾ, ਹਾਂਜੀ, ਤੁਸੀਂ ਕੱਲ੍ਹ ਵੀ ਆਓਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ? ਪਰਮਾਤਮਾ ਨੇ ਚਾਹਿਆ ਤਾਂ ਜ਼ਰੂਰ ਆਵਾਂਗੇ। ਤੁਹਾਡੀ ਆਸਥਾ 'ਤੇ ਕੋਈ ਫਰਕ ਨਹੀਂ ਹੈ? ਨਹੀਂ, ਸਾਡੀ ਆਸਥਾ 'ਤੇ ਕੋਈ ਫਰਕ ਨਹੀਂ ਹੈ। ਅਸੀਂ ਹਰ ਸਿੰਘ ਵਗਰੋਂ ਆਪਾਂ ਪ੍ਰਤਾਪ, ਇੱਥੇ ਅੰਮ੍ਰਿਤਸਰੋਂ ਪ੍ਰਤਾਪ ਨਗਰੋਂ ਆਏ ਹਾਂ। ਅਤੇ ਹਾਂਜੀ, ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀ ਤਾਰੇ ਕਰਕੇ ਆਏ ਜੇ, ਹਾਂਜੀ, ਕਰੋਨਾ ਵਾਇਰਸ ਦਾ ਕੋਈ ਅਸਰ ਆਸਥਾ 'ਤੇ ਜ਼ਿਆਦਾ ਤਾਂ ਨਹੀਂ ਪਿਆ? ਇਹ ਤਾਂ ਵੀ ਗੁਰੂ ਘਰ ਵਾਸਤੇ ਨਹੀਂ ਅਤੇ ਬਾਹਰ ਆ, ਜਿਹੜਾ ਗੁਰੂ ਘਰ ਆ ਨਾ, ਇੱਕ ਬੇਨਤੀ ਕਰਾਂ, ਸ਼ਰਧਾ ਵਾਲੇ ਜਿਹੜੇ ਲੋਕ ਆ ਉਹ ਤਾਂ ਇਹਨੂੰ ਮਿਲਣ ਨਾ ਅਤੇ ਮਰਿਆਂ ਤੋਂ ਭੜੇ ਆ, ਹੈਂ, ਉਹਦੇ ਘਰ ਬੈਠੇ ਉਹਨਾਂ ਦੀ ਮੌਤ ਆ, ਜੇਕਰ ਇਹਨੂੰ ਵਿਛੋੜ ਦੇਣ 'ਤੇ ਪਰ ਇਹ ਉਹਨਾਂ ਵਾਸਤੇ ਆ ਜਿਹੜੇ ਮਨ 'ਤੇ ਵਸਾ ਕੇ ਬਹਿ ਗਏ ਵੀ ਬਿਮਾਰੀ ਆ, ਕੋਈ ਬਿਮਾਰੀ ਨਹੀਂ ਗੀ, ਇਹ ਆਪਣੇ ਮਨ ਦੀ ਬਿਮਾਰੀ ਆ ਜਿੰਨੀ ਵਧਾਲ ਗਏ, ਬਾਕੀ ਗੁਰੂ ਕਿਰਪਾ ਕਰੇ ਮੇਰੇ ਪਾਤਸ਼ਾਹ ਮਾਲਕ ਲੈ ਕੇ ਆਉਂਦਾ ਹੈ, ਹਰ ਰੋਜ਼ ਆਉਂਦੇ ਜੀ, ਮਾਲਕ ਦੋਵੇਂ ਟਾਈਮ ਲੈ ਕੇ ਆਉਂਦਾ ਵਾਹਿਗੁਰੂ। ਜਿਸ ਤਰ੍ਹਾਂ ਹੁਣ ਕੱਲ੍ਹ ਬੋਲ ਰਹੇ ਆ ਕਿ ਕਰਫਿਊ ਲੱਗਣਾ, ਤੁਸੀਂ ਕੱਲ੍ਹ ਆਓਗੇ ਦਰਸ਼ਨ ਜੀ ਤਾਰੇ? ਮਾਲਕ ਕਿਰਪਾ ਕਰੇ ਜ਼ਰੂਰ ਲੈ ਕੇ ਆਵੇ, ਇਹਦੇ ਨਾ ਮਿਲ ਗਏ ਤਾਂ ਮੌਤ ਆ, ਮੌਤ।
ਵਾਹਿਗੁਰੂ ਇਹ।